ਵਿਰਸਾ ਸਿੰਘ ਵਲਟੋਹਾ ਦੇ ਬਿਆਨ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਕਾਫੀ ਵਿਵਾਦ ਖੜਾ ਹੋ ਚੁੱਕਿਆ ਹੈ। ਹਾਲਾਂਕਿ ਵਲਟੋਹਾ ਵੱਲੋਂ ਕਿਹਾ ਗਿਆ ਸੀਗਾ ਕਿ ਬੀਜੇਪੀ ਤੇ ਆਰਐਸਐਸ ਦਾ ਜ਼ਰੂਰ ਕਿਤੇ ਨਾ ਕਿਤੇ ਦਬਾਅ ਹੈ, ਜਿਸ ਨੂੰ ਲੈ ਕੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। 15 ਤਰੀਕ ਨੂੰ ਸਵੇਰੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ। ਸਾਡੇ ਨਾਲ ਚੀਮਾ ਸਾਹਿਬ ਨੇ। ਚੀਮਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਹੁਣ ਚੀਜ਼ਾਂ ਨੂੰ ਲੈ ਕੇ, ਕਿਉਂਕਿ ਵਲਟੋਹਾ ਸਾਹਿਬ ਵੱਲੋਂ ਸਾਫ਼ ਤੌਰ ਤੇ ਇਲਜ਼ਾਮ ਲਾਇਆ ਗਿਆ ਕਿ ਕਿਤੇ ਨਾ ਕਿਤੇ ਕਈ ਦਬਾਅ ਜਿਹੜੇ ਹੈਗੇ ਬਣਾਏ ਜਾ ਰਹੇ ਨੇ ਔਰ ਬੀਜੇਪੀ ਆਰਐਸਐਸ ਜਿਹੜੀ ਹੈਗੀ ਦਬਾਅ ਬਣਾਏ ਜਾ ਰਹੀ ਜਥੇਦਾਰ ਨੂੰ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਦੇਖੋ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਅੱਜ ਦਾ ਫੈਸਲਾ, ਉਹ ਇਹ ਹੈ ਕਿ ਕੁਝ ਜ਼ਰੂਰੀ ਬੇਨਤੀਆਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ, ਜਿਹੜੇ ਕਾਰਜਕਾਰੀ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਿਆ। ਬਾਕੀ ਇਸ ਤੋਂ ਵੱਧ ਹੋਰ ਮੈਂ ਕੋਈ ਮੀਡੀਆ 'ਚ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਸਾਡੀ ਰਵਾਇਤ ਨਹੀਂ ਹੈ। ਜੋ ਕੁਝ ਅਸੀਂ ਆਪਣੀ ਬੇਨਤੀ ਰੱਖਣੀ ਹੈ ਉਹ ਸਿੰਘ ਸਾਹਿਬ ਦੇ ਕੋਲ ਰੱਖਾਂਗੇ। ਕੁਝ ਜ਼ਰੂਰੀ ਗੱਲਾਂ ਹੈਗੀਆਂ, ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣੀਆਂ ਚਾਹੁੰਦੇ ਹਾਂ। ਇਸ ਕਰਕੇ ਉਹਨਾਂ ਤੋਂ ਸਮਾਂ ਅੱਜ ਅਸੀਂ ਮੰਗ ਰਹੇ ਹਾਂ ਅਤੇ ਸਮਾਂ ਮਿਲਦੇ ਹੀ ਅਸੀਂ ਡੈਲੀਗੇਸ਼ਨ ਪੂਰਾ ਜਿਹੜਾ ਕੈਰਾ ਮੈਂਬਰ ਹੀ ਹੈ। ਚੀਮਾ ਸਾਹਿਬ, ਬਿਲਕੁਲ ਦੋ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਅਹਿਮ, ਜਿੱਦਾਂ ਉਹਨਾਂ ਨੇ ਇਲਜ਼ਾਮ ਵੀ ਲਾਏ ਕਿ ਕਾਫੀ ਚੀਜ਼ਾਂ ਸਾਨੂੰ ਪਤਾ ਹੈ ਔਰ ਅਕਾਲੀ ਦਲ ਖੁਦ ਜਾ ਕੇ ਮਿਲੂਗਾ, ਹਾਲਾਂਕਿ ਹੁਣ ਜਥੇਦਾਰ ਸਾਹਿਬ ਤੱਕ ਉਹਦੀ 15 ਤਰੀਕ ਨੂੰ ਪੇਸ਼ ਹੋਣ ਨੇ ਕਹਿ ਰਹੇ, ਲੇਕਿਨ ਜਿਹੜੀ ਚੀਜ਼ਾਂ ਨੇ ਦਬਾਅ ਬਣਾਇਆ ਜਾ ਰਿਹਾ ਜਾਂ ਅਭੀ ਅਜੇ ਤੱਕ ਫੈਸਲਾ ਕਿਉਂ ਨਹੀਂ ਦਿੱਤਾ ਗਿਆ, ਉਹਦੇ 'ਚ ਤੁਸੀਂ ਤੁਹਾਡੀ ਕੋਈ ਪ੍ਰਤੀਕਿਰਿਆ? ਦੇਖੋ, ਗੱਲ ਇਹ ਹੈ ਨਾ, ਸ਼੍ਰੋਮਣੀ ਅਕਾਲੀ ਦਲ ਨੇ ਕਦੀ ਪਬਲਿਕਲੀ ਕੋਈ ਪ੍ਰਤੀਕਿਰਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਸਲੇ 'ਚ ਦਿੱਤੀ ਹੋਈ ਨਹੀਂ। ਤਾਂ ਹੀ ਅਸੀਂ ਸਿੰਘ ਸਾਹਿਬ ਤੋਂ ਟਾਈਮ ਮੰਗਿਆ, ਜੋ ਸਾਨੂੰ ਕੁਝ ਗੱਲਾਂ ਹੁੰਦੀਆਂ ਨੇ, ਜੋ ਸਾਡੀ ਜਾਣਕਾਰੀ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਵਾਂਗੇ। ਇਸ ਕਰਕੇ ਉਹਦੇ ਵਾਸਤੇ ਸਮਾਂ ਮੰਗ ਰਹੇ ਹਾਂ। ਬਾਕੀ ਸਰਦਾਰ ਵਿਰਸਾ ਸਿੰਘ ਵਲਟੋਹਾ ਹਰਾਂ ਨੇ ਜਿਹੜਾ ਉਹਨਾਂ ਨੂੰ ਜਥੇਦਾਰ ਸਾਹਿਬ ਨੇ ਕੀ ਕਿਹਾ ਉਹ ਮੈਨੂੰ ਜਾਣਕਾਰੀ ਨਹੀਂ, ਕਿਉਂਕਿ ਹੁਣ ਮੀਟਿੰਗ ਖਤਮ ਹੋਈ ਹੈ, ਅਸੀਂ ਤਾਂ ਹੁਣੇ ਮੀਟਿੰਗ 'ਚੋਂ ਬਾਹਰ ਆਏ ਹਾਂ। ਉਹਨਾਂ ਬਾਰੇ ਤੁਸੀਂ ਵਲਟੋਹਾ ਸਾਹਿਬ ਨਾਲ ਗੱਲ ਕਰ ਲਓ। ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਨੇ ਕਿ ਬੀਜੇਪੀ ਅਤੇ ਆਰਐਸਐਸ ਦਾ ਦਬਾਅ ਹੈ, ਤੁਸੀਂ ਇਹਦੇ 'ਚ ਕੁਝ ਕਮੈਂਟ ਕਰੋ? ਦੇਖੋ, ਮੈਂ ਕਿਹਾ ਅਸੀਂ ਜਿਹੜਾ ਸਿੰਘ ਸਾਹਿਬ ਕੋਲ ਸਮਾਂ ਲੈ ਕੇ ਜਾ ਰਹੇ, ਠੀਕ ਹੈ, ਇਸ ਕਰਕੇ ਤੁਸੀਂ ਜਿੰਨੀ ਵਾਰੀ ਮਰਜ਼ੀ ਦੁਹਰਾ ਕੇ ਪੁੱਛੋਗੇ ਤੇ ਮੈਂ ਫਿਰ ਉਹੀ ਕਹਾਂਗਾ ਕਿ ਅਸੀਂ ਜੋ ਗੱਲ ਕਰਨੀ ਆ ਉਹਨਾਂ ਦੇ ਨਾਲ ਉੱਥੇ ਬੈਠ ਕੇ ਕਰਾਂ, ਠੀਕ ਹੈ? ਤਾਂ ਬਿਲਕੁਲ, ਹਾਲਾਂਕਿ ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਅੱਜ ਮੀਟਿੰਗ ਹੋਈ ਹੈ, ਕੋਰ ਕਮੇਟੀ ਦੀ ਮੀਟਿੰਗ ਹੋਈ, ਉਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ, ਅਸੀਂ ਖੁਦ ਸਮਾਂ ਮੰਗਿਆ, ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਅਸੀਂ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੇ ਹਾਂ, ਅਤੇ ਲੇਕਿਨ ਕਿਤੇ ਨਾ ਕਿਤੇ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਗੱਲਬਾਤ ਕਰਨੀ ਹੈ, ਅਸੀਂ ਸਮਾਂ ਮੰਗਿਆ, ਲੇਕਿਨ ਵਲਟੋਹਾ ਸਾਹਿਬ ਨੇ ਕੀ ਕਿਹਾ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ। ਚੰਡੀਗੜ੍ਹ ਤੋਂ ਕੈਮਰਾਮੈਨ ਰਾਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਵਿਰਸਾ ਸਿੰਘ ਵਲਟੋਹਾ ਦੇ ਬਿਆਨ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਕਾਫੀ ਵਿਵਾਦ ਖੜਾ ਹੋ ਚੁੱਕਿਆ ਹੈ। ਹਾਲਾਂਕਿ ਵਲਟੋਹਾ ਵੱਲੋਂ ਕਿਹਾ ਗਿਆ ਸੀਗਾ ਕਿ ਬੀਜੇਪੀ ਤੇ ਆਰਐਸਐਸ ਦਾ ਜ਼ਰੂਰ ਕਿਤੇ ਨਾ ਕਿਤੇ ਦਬਾਅ ਹੈ, ਜਿਸ ਨੂੰ ਲੈ ਕੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। 15 ਤਰੀਕ ਨੂੰ ਸਵੇਰੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ। ਸਾਡੇ ਨਾਲ ਚੀਮਾ ਸਾਹਿਬ ਨੇ। ਚੀਮਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਹੁਣ ਚੀਜ਼ਾਂ ਨੂੰ ਲੈ ਕੇ, ਕਿਉਂਕਿ ਵਲਟੋਹਾ ਸਾਹਿਬ ਵੱਲੋਂ ਸਾਫ਼ ਤੌਰ ਤੇ ਇਲਜ਼ਾਮ ਲਾਇਆ ਗਿਆ ਕਿ ਕਿਤੇ ਨਾ ਕਿਤੇ ਕਈ ਦਬਾਅ ਜਿਹੜੇ ਹੈਗੇ ਬਣਾਏ ਜਾ ਰਹੇ ਨੇ ਔਰ ਬੀਜੇਪੀ ਆਰਐਸਐਸ ਜਿਹੜੀ ਹੈਗੀ ਦਬਾਅ ਬਣਾਏ ਜਾ ਰਹੀ ਜਥੇਦਾਰ ਨੂੰ, ਕਿਸ ਤਰ੍ਹਾਂ ਤੁਸੀਂ? ਦੇਖੋ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਅੱਜ ਦਾ ਫੈਸਲਾ, ਉਹ ਇਹ ਹੈ ਕਿ ਕੁਝ ਜ਼ਰੂਰੀ ਬੇਨਤੀਆਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ, ਜਿਹੜੇ ਕਾਰਜਕਾਰੀ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਿਆ। ਬਾਕੀ ਇਸ ਤੋਂ ਵੱਧ ਹੋਰ ਮੈਂ ਕੋਈ ਮੀਡੀਆ 'ਚ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਸਾਡੀ ਰਵਾਇਤ ਨਹੀਂ ਹੈ। ਜੋ ਕੁਝ ਅਸੀਂ ਆਪਣੀ ਬੇਨਤੀ ਰੱਖਣੀ ਹੈ ਉਹ ਸਿੰਘ ਸਾਹਿਬ ਦੇ ਕੋਲ ਰੱਖਾਂਗੇ। ਕੁਝ ਜ਼ਰੂਰੀ ਗੱਲਾਂ ਹੈਗੀਆਂ, ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣੀਆਂ ਚਾਹੁੰਦੇ ਹਾਂ। ਇਸ ਕਰਕੇ ਉਹਨਾਂ ਤੋਂ ਸਮਾਂ ਅੱਜ ਅਸੀਂ ਮੰਗ ਰਹੇ ਹਾਂ ਅਤੇ ਸਮਾਂ ਮਿਲਦੇ ਹੀ ਅਸੀਂ ਡੈਲੀਗੇਸ਼ਨ ਪੂਰਾ ਜਿਹੜਾ ਕੈਰਾ ਮੈਂਬਰ ਹੀ ਹੈ। ਚੀਮਾ ਸਾਹਿਬ, ਬਿਲਕੁਲ ਦੋ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਅਹਿਮ, ਜਿੱਦਾਂ ਉਹਨਾਂ ਨੇ ਇਲਜ਼ਾਮ ਵੀ ਲਾਏ ਕਿ ਕਾਫੀ ਚੀਜ਼ਾਂ ਸਾਨੂੰ ਪਤਾ ਹੈ ਔਰ ਅਕਾਲੀ ਦਲ ਖੁਦ ਜਾ ਕੇ ਮਿਲੂਗਾ, ਹਾਲਾਂਕਿ ਹੁਣ ਜਥੇਦਾਰ ਸਾਹਿਬ ਤੱਕ ਉਹਦੀ 15 ਤਰੀਕ ਨੂੰ ਪੇਸ਼ ਹੋਣ ਨੇ ਕਹਿ ਰਹੇ, ਲੇਕਿਨ ਜਿਹੜੀ ਚੀਜ਼ਾਂ ਨੇ ਦਬਾਅ ਬਣਾਇਆ ਜਾ ਰਿਹਾ ਜਾਂ ਅਜੇ ਤੱਕ ਫੈਸਲਾ ਕਿਉਂ ਨਹੀਂ ਦਿੱਤਾ ਗਿਆ, ਉਹਦੇ 'ਚ ਤੁਸੀਂ ਤੁਹਾਡੀ ਕੋਈ ਪ੍ਰਤੀਕਿਰਿਆ? ਦੇਖੋ, ਗੱਲ ਇਹ ਨਾ, ਸ਼੍ਰੋਮਣੀ ਅਕਾਲੀ ਦਲ ਨੇ ਕਦੀ ਪਬਲਿਕਲੀ ਕੋਈ ਪ੍ਰਤੀਕਿਰਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਸਲੇ 'ਚ ਦਿੱਤੀ ਹੋਈ ਨਹੀਂ। ਤਾਂ ਹੀ ਅਸੀਂ ਸਿੰਘ ਸਾਹਿਬ ਤੋਂ ਟਾਈਮ ਮੰਗਿਆ, ਜੋ ਸਾਨੂੰ ਕੁਝ ਗੱਲਾਂ ਹੁੰਦੀਆਂ ਨੇ, ਜੋ ਸਾਡੀ ਜਾਣਕਾਰੀ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਵਾਂਗੇ। ਇਸ ਕਰਕੇ ਉਹਦੇ ਵਾਸਤੇ ਸਮਾਂ ਮੰਗ ਰਹੇ ਹਾਂ। ਬਾਕੀ ਸਰਦਾਰ ਵਿਰਸਾ ਸਿੰਘ ਵਲਟੋਹਾ ਹਰਾਂ ਨੇ ਜਿਹੜਾ ਉਹਨਾਂ ਨੂੰ ਜਥੇਦਾਰ ਸਾਹਿਬ ਨੇ ਕੀ ਕਿਹਾ ਉਹ ਮੈਨੂੰ ਜਾਣਕਾਰੀ ਨਹੀਂ, ਕਿਉਂਕਿ ਹੁਣ ਮੀਟਿੰਗ ਖਤਮ ਹੋਈ ਹੈ, ਅਸੀਂ ਤਾਂ ਹੁਣੇ ਮੀਟਿੰਗ 'ਚੋਂ ਬਾਹਰ ਆਏ ਹਾਂ। ਉਹਨਾਂ ਬਾਰੇ ਤੁਸੀਂ ਵਲਟੋਹਾ ਸਾਹਿਬ ਨਾਲ ਗੱਲ ਕਰ ਲਓ। ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਨੇ ਕਿ ਬੀਜੇਪੀ ਅਤੇ ਆਰਐਸਐਸ ਦਾ ਦਬਾਅ ਹੈ, ਤੁਸੀਂ ਇਹਦੇ 'ਚ ਕੁਝ ਕਮੈਂਟ ਕਰੋ? ਦੇਖੋ, ਮੈਂ ਕਿਹਾ ਅਸੀਂ ਜਿਹੜਾ ਸਿੰਘ ਸਾਹਿਬ ਕੋਲ ਸਮਾਂ ਲੈ ਕੇ ਜਾ ਰਹੇ, ਠੀਕ ਹੈ,
इस करके तुम जिन्नी वारी मर्जी दोहरा के पुछोगे तो मैं फिर उही कहांगा कि असीं जो गल करनी है उन्हां दे नाल उत्थे बैठ के कर। ठीक है, तो बिल्कुल हालांकि उन्हां दा साफ तौर पर कहना है कि अज मीटिंग हुई है, कोर कमेटी की मीटिंग हुई, उहदे विच कई चीजा नूं लैके गलबात की गई है। असीं खुद समा मंगया, कई चीजा ने जिसनों लैके असीं लगातार इहदे विच काम कर रहे हैं, ते लेकिन किते ना किते कई चीजा नूं लैके जिहड़ी हैगी गलबात करनी है, असीं समा मंगया। लेकिन विलटोहा साहब ने की किया है उहदे विच किसी भी तरह का कोई कॉमेंट नहीं करना चाहते। चंडीगढ़ तो कैमरामैन राजेंद्र कुमार नाल मनोज राठी, न्यूज़ 18 पंजाब।